ਲੋਹੜੀ ਦਾ ਪਵਿੱਤਰ ਤਿਉਹਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੁਸ਼ੀਆਂ ਭਰਿਆ ਲੈ ਕੇ ਆਉਂਦਾ ਹੈ ਔਰ ਹਰੇਕ ਘਰ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਔਰ ਅੱਜ ਵੀ ਜਿਹੜਾ ਕਿ ਲੋਹੜੀ ਦਾ ਦਿਨ ਹੈ ਔਰ ਕਾਫੀ ਜਿਹੜੀ ਹੈ ਠੰਡ ਜਿਹੜੀ ਹੈ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਕਾਫੀ ਹੈ, ਠੰਡ ਹੋਣ ਕਰਕੇ ਲੋਕ ਹਜੇ ਵੀ ਘਰਾਂ ਦੇ ਵਿੱਚ ਕੈਦ ਨੇ, ਬਾਹਰ ਨਹੀਂ ਆ ਰਹੇ, ਦੁਕਾਨਦਾਰ ਜਿਹੜੇ ਨੇ ਉਹ ਵੀ ਵਿਹਲੇ ਬੈਠੇ ਨਜ਼ਰ ਆ ਰਹੇ ਨੇ, ਕਿਤੇ ਨਾ ਕਿਤੇ ਜਿਹੜੇ ਦੋ ਪਹੀਆ ਵਾਹਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਇਸ ਪਾਸੇ ਦੇਖ ਸਕਦੇ ਹੋ ਕਿ ਦੁਕਾਨਦਾਰ ਬੈਠੇ ਨੇ, ਉਹ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗਾ ਔਰ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਦਾ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ, ਅੱਜ ਖਰੀਦੋ ਫਰੋਖਤ ਕਰਨਾ ਹੈ, ਲੋਹੜੀ ਦਾ ਤਿਉਹਾਰ ਹੈ? ਦੇਖੋ, ਲੋਹੜੀ ਕਾ ਤਿਉਹਾਰ ਹੈ ਔਰ ਬਹੁਤ ਖੁਸ਼ੀ ਕਾ ਤਿਉਹਾਰ ਹੈ, ਲੇਕਿਨ ਸਰਦੀ ਕੇ ਕਾਰਨ ਬਾਹਰ ਨਿਕਲਨੇ ਕਾ ਦਿਲ ਹੀ ਨਹੀਂ ਕਰਤਾ, ਕਿਉਂਕਿ ਟੈਂਪਰੇਚਰ ਅੱਜ 8 ਡਿਗਰੀ ਹੈ, ਧੁੰਦ ਤਰੀ ਹੋਈ ਪੜੀ ਹੈ, ਤਾਂ ਉਸ ਹਿਸਾਬ ਸੇ ਤਾਂ ਠੀਕ ਹੈ, ਲੇਕਿਨ ਮਜਬੂਰੀ ਆਉਣਾ ਤਾਂ ਹੈ। ਲੇਟ ਆਉਣਗੇ ਲੋਕ ਕਿਉਂਕਿ ਕਾਫੀ ਹਜੇ ਠੰਡ ਵੀ ਹੈ, ਧੁੰਦ ਵੀ ਅਨਚੂ 11:30 ਵਜੇ ਜੀ, 11:30 ਵਜੇ ਜਬਕਿ ਦੇਖ ਲੈ ਤਿਉਹਾਰ ਪੇ ਤਾਂ ਲੋਕ ਸੁਬਹ 8 ਵਜੇ ਖਰੀਦਦਾਰੀ ਕਰਨਾ ਸ਼ੁਰੂ ਕਰ ਦਿੱਤੇ, ਲੇਕਿਨ ਸਰਦੀ ਕੇ ਕਾਰਨ ਆਪ ਦੇਖ ਲਓ ਮੈਂ ਹੱਥ ਲਗਾਤਾਰ ਮਸਲ ਰਹਾ ਹੂੰ, ਸਰਦੀ ਹੈ। ਦੁਕਾਨਦਾਰ ਵੀ ਮੌਜੂਦ, ਉਹਨਾਂ ਨਾਲ ਗੱਲਬਾਤ ਕਰਾਂਗਾ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਦੁਕਾਨਦਾਰੀ ਹੈ? ਦੁਕਾਨਦਾਰੀ ਦੇ ਬਿਲਕੁਲ ਕੰਮ ਬਹੁਤ ਡਾਊਨ ਹੋਇਆ ਹੋਇਆ ਜੀ, ਕੰਮ ਜੇ ਨਿਕਲੇਗਾ ਤਾਂ ਜੇ ਕੋਈ ਗਾਹਕ ਨਿਕਲੇਗੇ ਬਾਹਰ, ਨਹੀਂ ਤਾਂ ਬੈਠੇ ਰੱਬ ਦੇ ਆਸਰੇ ਬੈਠੇ ਹਾਂ, ਬਸ ਹੋਰ ਕੀ ਕਹਿ ਸਕਦੇ ਹਾਂ। ਬਾਕੀ ਧੁੰਦ ਕਰਕੇ ਬਹੁਤ ਪਰੇਸ਼ਾਨੀ ਹੋਏਗੀ ਹੈ, ਕੋਈ ਗਾਹਕ ਨਹੀਂ ਹੈ, ਕੁਛ ਠੰਡ ਇੰਨੀ ਹੈ ਕਿ ਘਰੋਂ ਬਾਹਰ ਨਹੀਂ ਕੋਈ ਨਿਕਲਦਾ, ਕਿਉਂਕਿ ਕੱਲ੍ਹ ਧੁੱਪ ਚੜੀ ਸੀ ਕਿ ਨਹੀਂ? ਕੱਲ੍ਹ ਥੋੜ੍ਹਾ ਬਹੁਤ ਮੌਸਮ 10-15 ਮਿੰਟ ਅਗਰ ਧੁੱਪ ਚੜੀ ਦੀ ਉਸ ਨਾਲ ਠੰਡੀ ਹਵਾ ਸੀ, ਠੰਡੀ ਹਵਾ ਕਰਕੇ ਵੀ ਗਾਹਕ ਨਹੀਂ ਨਿਕਲੇਗਾ, ਧੁੱਪ ਮੌਸਮ ਖੁੱਲੇਗਾ ਤਾਂ ਜਾ ਕੇ ਕੰਮ, ਕੋਈ ਵੀ ਦੁਕਾਨਦਾਰ ਕਿਸੇ ਵੀ ਦੁਕਾਨਦਾਰ ਦਾ ਕੰਮ ਤਾਂ ਚੱਲੇਗਾ ਜੇ ਧੁੱਪ ਨਿਕਲੇਗਾ। ਸਕਦੇ ਹੋ ਕਿ ਕੰਮ ਕਾਰ ਹਜੇ ਫਿਲਹਾਲ ਕਿਹਾ ਜਾ ਰਿਹਾ ਕਿ ਨਹੀਂ ਚੱਲ ਰਹੇ, ਲੋਕ ਜਿਹੜੇ ਨੇ ਘਰਾਂ ਦੇ ਵਿੱਚ ਕੈਦ ਨੇ, ਸੰਘਣੀ ਧੁੰਦ ਹੋਣ ਕਰਕੇ ਔਰ ਠੰਡ ਹੋਣ ਕਰਕੇ ਲੋਕ ਜਿਹੜੇ ਬਾਹਰ ਨਹੀਂ ਨਿਕਲ ਰਹੇ, ਹੁਣ ਉਸ ਸਮੇਂ ਬਾਅਦ ਅਗਰ ਧੁੱਪ ਚੜ੍ਹਦੀ ਹੈ ਤਾਂ ਕਿੰਨੀ ਕੁ ਜਲਦੀ ਲੋਕ ਆਉਂਦੇ ਨੇ, ਖਰੀਦੋ ਫਰੋਖਤ ਕਰਨਗੇ, ਲੋਹੜੀ ਦਾ ਤਿਉਹਾਰ ਜਿਹੜਾ ਹੈ ਉਹ ਖੁਸ਼ੀਆਂ ਭਰਿਆ ਮਨਾਇਆ ਜਾਵੇਗਾ। ਕੈਮਰਾ ਪਰਸਨ ਸੁਮਿਤ ਕੁਮਾਰ ਦੇ ਨਾਲ ਦਇਆ ਸਿੰਘ, ਰਾਜਪੁਰਾ।